ਸਾਡੀ ਤਾਂ ਉਹ ਹਾਲਤ ਹੈ, ਧਿਆਨ ਕਰੋ ਸਾਡੀ ਉਹ ਹਾਲਤ ਹੈ, ਥੋੜਾ ਬੜੀ ਉੱਥੇ ਪਏ ਹੈ, ਖਲ ਫੁਕੇ ਉਹਨੂੰ ਬਾੜ ਦਿੰਦੇ ਹੈ ਤੇ ਸਾਰੀਆਂ ਨੋਹਾਂ ਧੀਆਂ ਤੇ ਬੰਦੇ ਸਾਰੇ ਉੱਥੋਂ ਲੰਘੀ ਜਾਂਦੇ ਹੈ ਤੇ ਨੋਹਾਂ ਸਿਰ ਤੇ ਟੋਕ ਰੱਖਿਆ ਹੁੰਦਾ ਤੇ ਉਧਰ ਨੂੰ ਮੂੰਹ ਨੀ ਕਰਦੇ ਤੇ ਬੇ ਮੱਥਾ ਟੇਕਦੀ ਹੈ ਮੁੰਡੇ ਪਾਰ ਚੁੱਕਿਆ ਹੁੰਦਾ ਤੇ ਉਹਦਾ ਮੂੰਹ ਨੀ ਕਰਦਾ ਬੇਬੇ ਵੱਲ, ਕਹਿੰਦਾ ਬੇਬੇ ਮੱਥਾ ਟਿੱਕੀ ਉਹ ਉੱਥੇ ਪਾਣੀ ਮੰਗਦੀ ਹੈ, ਹੁਣ ਪਾਵਾ ਲੈਂਦਾ ਹੁਣ ਮੱਛਰ ਲੜਦੇ ਖਬਰਾਂ ਕੀ ਕੀ ਕਹਿੰਦੀ ਹੁਣ ਸੁਣਦੇ ਬੇਬੇ ਮੱਥਾ ਟਿੱਕੀ ਬਸ ਸਾਡੀ ਇਹ ਹਾਲਤ ਹੈ ਬੇਬੇ ਮੱਥਾ ਟਿੱਕਦੀ ਹੈ ਇੰਨੀ ਕਰਯੋਗ ਹਾਲਤ ਹੈ ਤੇ ਜੇਕਰ ਟਿੱਕਦੇ ਹੋਈਏ ਸੱਚੀ ਮੁੱਚੀ ਬੇਬੇ ਦੀ ਗੱਲ ਕਹੀ ਮੰਨੀਏ ਤੇ ਸੇਵਾ ਕਰੀਏ ਬੇਬੇ ਦੀ ਤਾਂ ਬੇਬੇ ਤਾਂ ਡੁੱਲ ਡੁੱਲ ਪੈਂਦੀ ਹੈ ਗੁਰੂ ਨਾਨਕ ਡੁੱਲ ਡੁੱਲ ਪਵੇ ਜੀ ਇਹਦਾ ਕਿਹਾ ਮੰਨੋ ਹਾਂਜੀ ਮੈਂ ਜੀ ਮੈਂ 40 ਸਫ਼ੇ ਘੰਟੇ ਚ ਕਰ ਲੈਂਦਾ ਕਿਉਂ ਭਲੇ ਭਲੇਰੇ ਬਣੇ ਫਿਰਦੇ ਹੋ 40 ਸਫ਼ੇ ਕਰ ਲੈਂਦਾ ਤਾਂ ਤੂੰ ਕਿਹੜਾ ਕੀ ਬਣ ਗਿਆ ਫਿਰ ਮੈਂ 5 ਜਪਜੀ ਸਾਹਿਬ ਦੇ ਰੋਜ਼ ਪਾਠ ਕਰਦਾ ਸੀ ਪੱਚੀ ਜਪਜੀ ਸਾਹਿਬ ਦੇ ਰੋਜ਼ ਪਾਠ ਅੱਛਾ ਬਈ ਠੀਕ ਹੈ ਇਹ ਦਿਮਾਗੀ ਸ਼ਗਲ ਹੈ ਇਹ ਖਿਆਲ ਅੱਛਾ ਹੈ ਦਿਲ ਬਹਿਲਾਣੇ ਕੀ ਲੀਏ ਮਗਰ ਸਾਡੇ ਅੰਦਰ ਪਰਵਰ ਤੁਰਦਾ ਕੋਈ ਨੀ ਹੈ ਕੋਈ ਚੇਂਜ ਨੀ ਆਈ ਜਿਹੇ ਜੇ ਜੰਮੇ ਸੀ ਉਹੋ ਜੇ ਖਬਰਾਂ ਪਿਛਲੇ ਚੰਦ ਨੌ ਵੀ ਐਤੀ ਪੈੜੇ ਪਹਿਲੇ ਜਨ ਕੀਤਾ ਹੀ ਹੋਣਾ ਚੰਗਾ ਤੇ ਮਾਨਸ ਦੇਹੀ ਮਿਲੀ ਧਿਆਨ ਕਰੋ ਤੂੰ ਚੰਗਾ ਹੀ ਕੀਤਾ ਹੋਣਾ ਕਿ ਸਾਨੂੰ ਮਾਨਸ ਦੇਹੀ ਦੇ ਸਿੱਖਾਂ ਦੇ ਘਰ ਜਨਮ ਮਿਲਿਆ ਮੇਰੇ ਬਖਸ਼ਿਸ਼ ਹੈ ਤੇ ਉਹਦੀ ਮਿਹਰ ਹੀ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਮਿਲਿਆ ਹੈ ਜਿਹੜਾ ਬਹੁਤ ਹੈ ਆਤਮਿਕ ਗਿਆਨ ਦਾ ਆਤਮਿਕ ਦੇਸ਼ ਚ ਗਿਆਨ ਹੈ ਸੱਚ ਗਿਆਨ ਹੈ ਤੇ ਸੱਚ ਗਿਆਨ ਹੈ ਅਸੀਂ ਉਹਦਾ ਕੀ ਲਾ ਲਿਆ ਬਈ ਫਿਰ ਤਰੋਂ ਆਏ ਗਿਆਨ ਦੀ ਕੋਈ ਪਰਵਾਹ ਨੀ ਹੈ ਜੀ ਪਾਣੀ ਮੱਥਾ ਫੇਕਦੇ ਹੈ ਤੇ ਪਾਣੀ ਚੋਂ ਕੱਢਿਆ ਕੀ ਹੈ
ਇਹੀ ਜੀ ਬਾਣੀ ਜਿਹੜੀ ਓਰਿਜਨਲ ਹੋਵੇ, ਜਿਹੜੀ ਘਰੋਂ ਆਈ ਹੋਵੇ, ਜਿਹਦੇ ਸੱਤ ਗਿਆਨ ਹੋਵੇ, ਸੱਤ ਗਿਆਨ ਹੋਵੇ, ਉਹਦਾ ਅਸੀਂ ਕੀ ਦੁਰਸ਼ਾ ਕੀਤੀ ਹੈ? ਉਹਨੂੰ ਤਾਂ ਕੋਈ ਫਰਕ ਨੀ ਪੈਂਦਾ ਗੁਰੂ ਨਾਨਕ ਦੇਵ ਬਾਣੀ ਨੂੰ, ਤਾਂ ਨੁਕਸਾਨ ਤਾਂ ਸਾਡਾ ਹੈ, ਅਸੀਂ ਪਾਪ ਕਮਾ ਰਹੇ ਹਾਂ। ਉਹ ਪਾਪ ਜਿਹੜੇ ਅਗਿਆਨੀ ਹੈ ਉਹ ਤਾਂ ਫਿਰ ਵੀ ਕੋਈ ਐਕਸਕਿਊਜ਼ ਨੀ, ਸਾਨੂੰ ਪਤਾ ਨਹੀਂ ਅਗਿਆਨੀ ਹੈ, ਠੀਕ ਹੈ। ਪਰ ਅੱਜ ਪੜ੍ਹੇ ਲਿਖੇ ਹੋਏ ਗਿਆਨੀ ਧਿਆਨੀ, ਅੱਜ ਇਕੱਠਾ ਕਰਨ ਵਾਲੇ, ਕੀਰਤਨ ਕਰਨ ਵਾਲੇ, ਇਹਨਾਂ ਦਾ ਕੀ ਹਾਲ ਹੋਊਗਾ? ਇਹ ਆਪ ਹੀ ਭੁਲੇਖਿਆਂ ਚ ਪਏ ਤੇ ਸਾਨੂੰ ਵੀ ਭੁਲੇਖਿਆਂ ਚ ਪਾ ਸਕਦੇ, ਸੰਭਵ ਭੁਲੇਖਿਆਂ ਚ। ਮੈਨੂੰ ਇਹ ਦੱਸੀਏ, ਦੁੱਖ ਹੁੰਦਾ ਹੈ, ਕਲੇਸ਼ ਹੁੰਦਾ ਹੈ ਦੇਖ ਕੇ, ਸਾਨੂੰ ਸਤਨਾਮਾ ਜੋੜਿਆ ਸਾਡਾ ਮਜ਼ਹਬ ਦਾ, ਅਸੀਂ ਜਿਸਨੂੰ ਅਸੀਂ ਮਜ਼ਹਬ ਕਹਿੰਦੇ ਹਾਂ ਉਹ ਮਜ਼ਹਬ ਦਾ ਉਹੀ ਹੈ, ਅਸਲੀ ਮਜ਼ਹਬ ਉਹ ਹੈ ਜਿਹੜਾ ਸਾਨੂੰ ਰੱਬ ਨਾਲ ਜੋੜੇ, ਜਿਹੜਾ ਆਤਮਾ ਨਾਲ ਜੋੜੇ, ਜਿਹੜਾ ਗੁਰੂ ਨਾਲ ਜੋੜੇ। ਅਸਲੀ ਮਜ਼ਹਬ ਇੱਕ ਜ਼ਰੀਆ ਹੈ, ਇਹ ਵਿਦਿਆ ਸਾਨੂੰ ਸਾਰਾ ਦਿਮਾਗ ਦਾ ਵਿਕਾਸ ਨਹੀਂ ਕਰਦਾ, ਤਾਂ ਉਹ ਵਿਦਿਆ ਨਹੀਂ ਹੈ। ਇਹ ਸੱਤ ਗਿਆਨ, ਇਹ ਗਿਆਨ ਬਾਣੀ ਦਾ, ਉਹ ਗਿਆਨ ਦੀ ਜੇ ਕਥਨ ਰੱਬ ਨਾਲ ਨਹੀਂ ਜੋੜਦਾ, ਉਹ ਨਾਮ ਦਾ ਪ੍ਰਕਾਸ਼ ਸਾਡੇ ਅੰਦਰ ਨਹੀਂ ਹੁੰਦਾ, ਤਾਂ ਅੱਜ ਕਿੱਥੇ ਤਾਰੀ ਹੈ? ਗੁਰੂ ਨਾਨਕ ਦੇ ਸ਼ਮੀ ਕੋ, ਇਹ ਗੁਰੂ ਨਾਨਕ ਸਭਾਸ਼ਣ ਦੱਸੀ, ਇਹ ਪੁੱਛੋ ਜਿਵੇਂ ਕਿਸੇ ਨੂੰ ਮੰਗਣ ਚਾਹੀਦਾ ਹੈ ਤਾਂ ਭਾਂਡਾ ਸਾਫ ਕਰਕੇ ਖਾਲੀ ਕਰਕੇ ਤੇ ਜਾਈਏ, ਤਾਂ ਇੱਥੇ ਗਿਆਨ ਦੇ ਭਰੇ ਪਏ ਆ, ਵਸਤੂ ਅੰਦਰ ਵਸਤ ਮਾਰੇ ਦੂਜੀ ਸਮਝੀ ਸਮਝਾਈ ਦੀਏ, ਤਾਂ ਅਨੁਭਵ ਦੀ ਤਾਂ ਖੇਡ ਹੈ ਅਨੁਭਵ ਦਾ। ਅੱਛਾ ਜੀ, ਅਨੁਭਵ ਕਿੱਥੋਂ ਮਿਲਦਾ ਹੈ? ਕਿਸੇ ਦੁਕਾਨ ਤੋਂ ਕਿੱਥੋਂ ਮਿਲਦਾ ਹੈ? ਖਰੀਦ ਲਈਏ ਪੈਸੇ ਨਾਲ, ਅਨੁਭਵ ਕਿੱਥੋਂ ਮਿਲਦਾ? ਉਹ ਜਿਹਨਾਂ ਦੇ ਅਨੁਭਵ ਖੁੱਲੇ ਹੋਇਆ, ਜਿਹਨਾਂ ਤੇ ਬਖਸ਼ਿਸ਼ ਹੋਈ ਹੈ, ਮਿਹਰ ਹੋਈ ਹੈ, ਉਹਨਾਂ ਨੂੰ ਜਾ ਕੇ ਪੁੱਛੋ, ਬਾਣੀ ਕਹਿੰਦੀ ਹੈ। ਮੈਂ ਉਹਨਾਂ ਨੂੰ ਜਾ ਕੇ ਪੁੱਛਾਂ ਵੀ ਤੂੰ ਕਿਵੇਂ ਰੱਬ ਨੂੰ ਜਾਇਆ ਹੈ, ਪੁੱਛੋ ਤੂੰ, ਬਾਣੀ ਤਾਂ ਸਭ ਕੁਝ ਲਿਖਿਆ ਹੋਇਆ, ਕੋਈ ਕਸਰ ਨਹੀਂ ਛੱਡੀ। ਪਰ ਜਿਹਨਾਂ ਨੇ ਬਾਣੀ ਕਮਾਈ ਆ, ਜਿਹਨਾਂ ਨੂੰ ਸੱਤ ਗਿਆਨ ਆ ਗਿਆ, ਜਿਹੜੇ ਰੰਗ ਵਿੱਚ ਖੇਡਦੇ ਹੈ, ਜਿਹੜੇ ਰਸ ਵਿੱਚ ਖੇਡਦੇ ਹੈ, ਜਿਹੜੇ ਗੁਰੂ ਨਾਨਕ ਦੀ ਕੌਰ ਵਿੱਚ ਖੇਲ ਰਿਹਾ ਹੈ, ਉਹਨੂੰ ਪੁੱਛੋ ਭਾਈ ਤੁਸੀਂ ਬਾਣੀ ਚ ਲਿਖਿਆ, ਪੁੱਛੋ ਬਈ ਉਹਨਾਂ ਨੂੰ, ਸਵਾਗਣਾਂ ਨੂੰ, ਉਹਨਾਂ ਨੂੰ ਕਿਹੜੇ ਜੇ ਰਸ ਪ੍ਰੇਮ ਭਰੀ ਕੁਛ ਬੋਲ ਲੈਂਦਾ, ਪੁੱਛੋ ਉਹਨਾਂ ਨੂੰ, ਮੈਂ ਪੁੱਛਾਂ ਤੈਨੂੰ ਸਵਾਗੀ ਨੂੰ। ਅਸੀਂ ਕਿਹਨੂੰ ਪੁੱਛਦੇ ਹਾਂ ਕੀ ਕਰੀਏ, ਹੈ ਹੀ ਨਹੀਂ, ਮਿਲਦਾ ਹੀ ਕੋਈ ਨਹੀਂ। ਅਸੀਂ ਕਿਹਨੂੰ ਪੁੱਛਦੇ ਹਾਂ? ਇਹ ਗਿਆਨੀਆਂ ਨੂੰ, ਇਹ ਪ੍ਰੋਫੈਸਰ ਆਫ ਡਿਵਿਨਿਟੀਆਂ ਡਿਗਰੀਆਂ ਲਈ ਸਕਦੇ ਹਾਂ। ਸਭ ਦਿਮਾਗ ਦੀ ਖੇਲ ਹੈ, ਆਤਮਕ ਛੋ ਨਹੀਂ ਹੈ, ਆਤਮਕ ਜੀਵਨ ਨਹੀਂ ਹੈ, ਸਿਰਫ ਡਿਗਰੀਆਂ ਚ ਕੀ ਕਰਦੇ ਹੈ। ਕੀਰਤਨ ਕਰਨ ਵਾਲਿਆਂ ਨੂੰ ਵਾਹ 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 ਪੈਸੇ ਚੜਾ ਦਿੰਦੇ, ਅਸੀਂ ਜੋ ਕੁਛ ਕਰਦੇ ਹਾਂ ਸਭ ਕਮਰਸ਼ਲ ਲਾਈਫ ਹੋ ਗਿਆ ਹੈ, ਮਾਇਆ ਨੂੰ ਲਿਖਣਾ, ਮਾਇਆ ਨੂੰ ਮੇਰੀ ਆਸ ਲੱਗਿਆ ਮੇਰੀ ਕੁੜੀ ਦਾ ਵਿਆਹ ਰੇ, ਲਾਵਾਂ ਪੜਾ ਦੀ, ਕਿੰਨੇ ਪੈਸੇ ਲੈਣੇ, ਕਹਿੰਦੇ ਮੈਂ 100 ਲਊਂ, ਉਹ ਤੋਂ ਵੱਡਾ ਮਿਨਿਸਟਰ ਆ ਗਿਆ, ਉਹ ਕਹਿੰਦੇ ਜੀ ਤੁਸੀਂ ਸਾਡੇ ਜ਼ਰੂਰ ਆਉਣਾ, ਮੈਂ ਤਾਂ ਟਾਈਮ ਦਿੱਤਾ ਹੋਇਆ, ਮੈਂ ਤਾਂ ਸਵੇਰੇ ਮੇਰੀ ਅਪੁਆਇੰਟਮੈਂਟ ਹੋਈ ਹੈ, ਮੈਂ ਤਾਂ ਨਹੀਂ ਆ ਸਕਦਾ, ਕਹਿੰਦਾ ਮੈਂ 2500 ਦੇ ਦੂੰਗਾ। ਮੇਰੇ ਤਾਂ ਇੰਨੇ ਇੱਡੇ ਵੱਡੇ ਵੱਡੇ ਮਿਨਿਸਟਰ ਆਉਣੇ, ਅਸੀਂ ਤੈਨੂੰ ਜ਼ਰੂਰ ਲਿਜਾਣਾ ਹੈ,
ਸਿੰਘ ਆਉਣਾ ਪਏਗਾ। ਉਹਨੇ ਦਰਦੇ ਮਾਰੇ ਨੂੰ ਪਹਿਲੇ ਨੂੰ ਸੋਚਿਆ ਵੀ ਮੈਂ ਮੇਰੀ ਸਿਹਤ ਠੀਕ ਨਹੀਂ ਹੈ, ਮੈਂ ਨਹੀਂ ਆ ਸਕਦਾ, ਮੇਰੀ ਅਪੁਆਇੰਟਮੈਂਟ ਅਸੀਂ ਕਮਰਸ਼ਲਾਈਜ਼ ਕਰ ਦਿੱਤਾ ਹੈ। ਇਹ ਬਾਣੀ ਨੂੰ ਕਮਰਸ਼ਾ ਫੋਨ ਕਰ ਦਿੰਦੇ ਕਾਨਪੁਰ ਤੋਂ ਮੇਰਾ ਖੰਡ, ਮੇਰੀ ਕੁੜੀ ਨੇ ਇਮਤਿਹਾਨ ਦਿੱਤਾ ਹੈ, ਮੇਰੇ ਮੁੰਡੇ ਨੇ ਇਮਤਿਹਾਨ ਦਿੱਤਾ ਹੈ, ਉਹਨੇ ਇੰਟਰਵਿਊ ਦਿੱਤਾ ਹੈ, ਬੰਦ ਕਰਦੇ ਅਖੰਡ ਪਾਠ ਕਰਦੇ ਹੋ ਗੁਰਦੁਆਰਿਆਂ ਨੂੰ ਤਖਤਾਂ ਨੂੰ, ਅੱਗੋਂ ਜਵਾਬ ਕਿਹਾ ਜੀ ਰੈਡੀ ਹੈ, ਪੈਸੇ ਭੇਜੋ, ਇੰਨੇ ਪੈਸੇ ਕੀ ਤਮਾਸ਼ਾ ਬਣਾਇਆ ਬਾਣੀ ਕੀਰੇ ਮੋਤੀ ਇਹਦੇ ਜਗਤ ਵਾਂਗੇ ਜਾਏ ਦੇ ਉੱਪਰ ਵੀ ਨਹੀਂ ਜਾਣੇ, ਕਿਉਂਕਿ ਅਕਲ ਦੇ ਅੰਨੇ ਓਏ ਅਕਲ ਦੇ ਅੰਨੇ ਕਿਵੇਂ ਉਹ ਇਹ ਮਾਮੂਲੀ ਆ ਜਿਹੜੀ ਆ ਪੇਂਡੂ ਲੋਕ ਹੈ, ਅਨਪੜ੍ਹ ਹੈ, ਇਹਨਾਂ ਦਾ ਦੋਸ਼ ਨਹੀਂ ਹੈ, ਸਾਨੂੰ ਪੰਬਲ ਕੋਸਿਆਂ ਕੀ ਨੇ ਪਾਇਆ, ਭਰਮ ਵਿੱਚ ਕੀ ਨੇ ਪਾਇਆ, ਇਹ ਗਿਆਨੀਆਂ ਗਿਆਨੀਆਂ ਨੇ, ਪੀ ਐਚ ਡੀ ਵਾਲਿਆਂ ਨੇ, ਇਹ ਮਿਸ਼ਨਰੀ ਵਾਲਿਆਂ, ਕਿਉਂਕਿ ਉਹਨਾਂ ਆਪਣੇ ਆਤਮ ਗਿਆਨ ਨਹੀਂ ਅਜੇ ਆਇਆ, ਲੋਕਾਂ ਨੂੰ ਐਵੇਂ ਕਰੀ ਜਾਂਦੇ ਹੈ, ਐ ਕਰੋ ਐ ਕਰੋ ਐ ਕਰੋ, ਪਰ ਜੇ ਕੋਈ ਜਿੱਥੇ ਆਤਮ ਗਿਆਨ ਨਹੀਂ, ਸਿਰਫ ਆਤਮ ਗਿਆਨ ਨਹੀਂ, ਇੱਥੇ ਹੋਰ ਬਹੁਤ ਕੁਛ ਹੈ, ਇੱਥੇ ਜੀਵਨ ਛੋਹ ਹੈ, ਬਾਣੀ ਵਿੱਚ ਜੀਵਨ ਰੋ ਹੈ, ਜਿਸ ਚੀਜ਼ ਨੂੰ ਜੀਵਨ ਹੈ ਇਹ ਬਾਣੀ, ਜੀਵਨ ਰੂਪ ਸਿਮਰਨ ਰੱਬ ਤੇਰਾ ਜੀਵਨ ਰੂਪ ਹੈ, ਜੇ ਜੀਵਨ ਹੈ ਜੇਕਰ ਅਸੀਂ ਇਹਨੂੰ ਛੋਈਏ ਤੇ ਸਾਡੇ ਅੰਦਰ ਉਹ ਇਹ ਬਾਣੀ ਜੋ ਜੀਓ ਜਾਣੇ ਘੰਟੇ ਅੰਦਰ ਰਵੇ ਹਰ ਨਾਮਾ, ਬਈ ਜੇ ਭਲਾ ਆਪਣਾ ਚਾਹੁੰਦੇ ਹੋ ਪਖੰਡ ਛੱਡਦੇ ਹੋ, ਇਹ ਬਾਣੀ ਕਰਨੀ ਲੱਗੋ, ਕੀ ਕਹਿੰਦੀ ਹੈ ਇਹਨੂੰ ਸੁਣੋ, ਇਹਨੂੰ ਕਮਾਓ, ਆਪ ਨਹੀਂ ਸਮਝੋ ਜਿਹਨਾਂ ਨੇ ਕਮਾਈ ਹੈ, ਜੀਵਨ ਵਾਲੇ ਗੁਰਮੁਖ ਜਨ ਹੈਗੇ ਬਖਸ਼ੇ ਹੋਏ ਗਏ, ਉਹਨਾਂ ਦੇ ਕੋਲ ਸੁਹਾਗਣਾ ਕੋਲ ਜਾਓ, ਉਹ ਤੁਹਾਨੂੰ ਦੱਸਣਗੇ ਸੁਹਾਗਣਾ ਵੀ ਨੀ, ਕਿਉਂਕਿ ਮੇਲੇ ਕਈ ਹੈ, ਕਈ ਕੇ ਨਾ ਇੱਕ ਕਦਮ ਨੀ ਕਿਤੇ ਇੰਨਾ ਕੁਛ ਜਾਓ ਤਾਂ ਨਹੀਂ ਲੱਗਦਾ, ਗਿਆਨੀ ਤਾਂ ਬਥੇਰੇ ਮਿਲਦੇ ਹੈ, ਪ੍ਰੋਫੈਸਰ ਪੀ ਐਚ ਡੀ ਪਹੁੰਚ ਗਈ ਹੈ, ਹਿਊਮੈਨਿਟੀ ਹੱਤ ਕਰਨੀ ਹੈ, ਉਹ ਵੀ ਹੈ ਜਿਮਿਨਿਟੀ ਹੱਤ ਕਰਨੀ ਹੈ, ਜਿਹੜੀਆਂ ਬਣਾ ਦਿੱਤੀਆਂ ਹੈ, ਇਹ ਜਿਹੜਾ ਉਹ ਪਾਸ ਕਰਿਆ ਹੁੰਦਾ ਹੈ ਉਹ ਆਕੜ ਜਾਂਦਾ ਹੋਰ ਵੀ ਅੱਗੇ ਨਾ ਗਿਆ, ਸਾਰੇ ਬਸ ਕਰਦੇ ਹੋ ਸਿਰਫ ਨੌਕਰੀ ਵਾਸਤੇ ਪੈਸੇ, ਜਿਹਨਾਂ ਨੇ ਗੁਰੂ ਸਾਹਿਬ ਦੀ ਮਿਹਰ ਹੋਈ ਹੈ, ਜਿਹਨਾਂ ਨੇ ਗੁਰਬਾਣੀ ਨੂੰ ਮੰਨਿਆ ਹੈ, ਅੰਤਰਾਤਮੇ ਮੰਨਿਆ ਹੈ, ਨਹੀਂ ਮੰਨਿਆ ਨਹੀਂ ਕਿਉਂ ਜਾਣਿਆ ਹੈ, ਅਨੁਭਵ ਦੁਆਰਾ ਜਾਣਿਆ ਹੈ, ਉਹਨਾਂ ਦੇ ਸੰਗਤ ਨਾਲ ਇਹ ਚੀਜ਼ ਗਿਆਨ ਸਤ ਗਿਆਨ ਮਹਾਂ ਗਿਆਨ ਬਾਣੀ ਚ ਭਰਿਆ ਹੋਇਆ, ਉਹਦੀ ਸੰਕਟ ਹੋਏਗੀ, ਉਹਦੀ ਕੀਮਤ ਹੋਵੇਗੀ, ਤੁਹਾਡਾ ਜੀਵਨ ਬਦਲ ਜਾਏ, ਬੜੀ ਕਿਰਪਾ ਹੈ ਗੁਰੂ ਜੀ ਕਿ ਇਸ ਸੰਗਤ ਵਿੱਚ ਤੁਸੀਂ ਆਏ ਹੋ, 10 ਦਿਨ ਹੋ ਗਏ, ਇੱਥੇ ਕਿਉਂ ਮਹੱਤਤਾ ਹੈ, ਸਿਰਫ ਇਸ ਵਾਸਤੇ ਇੱਥੇ ਜੀਵਨ ਵਾਲੇ ਹੈਗੇ, ਇੱਕ ਨਹੀਂ ਦੋ ਨਹੀਂ ਤੀ, ਇੱਕ ਲੱਭਣਾ ਵੀ ਮੁਸ਼ਕਿਲ ਹੈ ਜੀਵਨ ਵਾਲਾ, ਔਰ ਜੇ ਕੋਈ ਹੋਊਗਾ ਕੋਲੇ ਪਾ ਕੇ ਸੰਤ ਬਣਿਆ ਹੋਇਆ ਉਹ ਜਿਸ ਤਰ੍ਹਾਂ ਧਿਆਨ ਕਰੋ, ਜਿਸ ਤਰ੍ਹਾਂ ਕੋਈ ਕਰਨਲ ਬਣ ਜਾਂਦਾ ਜਨਰਲ ਬਣ ਜਾਂਦਾ ਉਹ ਉੱਥੇ ਨਾ ਉੱਥੇ ਸਾਰੇ ਸਲੂਟ ਕਰਦੇ ਹੈ, ਉਧਰੋਂ ਘਰ ਆਉਂਦਾ ਉਹ ਐਕਸਪੈਕਟ ਕਰਦਾ ਹੈ ਵੀ ਉਹ ਜਾਂਦਾ ਮੇਰੇ ਵੱਲ ਸਲੂਟ ਕਰਦਾ ਕਿ ਨਹੀਂ, ਉਹ ਜਾਂਦਾ ਉੱਠਦਾ ਕਿ ਨਹੀਂ, ਜਨਰਲ ਜਨਰਲ ਲਈ ਉਹਦੇ ਅੰਦਰ ਦੱਸ ਗਈ ਹੁੰਦੀ ਹੈ, ਦੱਸ ਗਈ ਹੁੰਦੀ ਹੈ, ਦੱਸ ਬਸ ਦੱਸ ਗਈ ਹੁੰਦੀ ਹੈ, ਤੇ ਉਹ ਘਰ ਜਾ ਕੇ ਵੀ ਉਹੀ ਐਕਸਪੈਕਟ ਕਰਦਾ ਘਰਾਂ ਤੋਂ ਸਲੂਟ ਮੰਗਦਾ, ਉਹ ਦੱਸ ਬਸ ਰਸ ਚੁੱਕੀ ਹੈ ਜਨਰਲ ਲਈ ਕਰਨਲ ਲਈ, ਅਸੀਂ ਗਿਆਨੀ ਧਿਆਨੀ ਅੰਦਰ ਗਿਆਨ ਭਰਿਆ ਹੋਇਆ ਪੂਰੀ ਭਰੀ ਹੋਈ ਹੈ, ਗਿਆਨ ਨਹੀਂ ਹੈ ਉਹ ਜਿਹੜਾ ਗਿਆਨ ਹੈ ਉਹ ਤਾਂ ਜਿਹੜਾ ਸੱਚ ਗਿਆਨ ਹੈ, ਵਾਣੀ ਜੀ ਲਿਖਿਆ ਸੱਚ ਗਿਆਨ ਹੈ, ਉਹ ਤਾਂ ਤੁਹਾਨੂੰ ਬਾਣੀ ਦਾ ਰੂਪ ਬਣਾ ਦੂਗਾ, ਜੇ ਅਸੀਂ ਬਾਣੀ ਦਾ ਰੂਪ ਨਹੀਂ ਬਣੇ ਤਾਂ ਸਾਡੇ ਵਿੱਚ ਫਰਕ ਹੈ, ਬਾਣੀ ਕੋਈ ਫਰਕ ਨਹੀਂ, ਬਾਣੀ ਦਾ ਸੱਚ ਘਰੋਂ ਆਈ ਹੋਈ ਹੈ, ਉਹ ਲਾਹਾ ਲੈ ਲਓ ਜਿੱਥੇ ਇਹ ਵਾਜਾਂ ਮਾਰਦੀ ਹੈ ਬਾਣੀ ਤੁਹਾਨੂੰ ਕਿੰਨੀ ਸੱਚਾਈ ਹੈ, ਇਹ ਤੋਂ ਸਾਰੀਆਂ ਬਣੀਆਂ ਹੋਈਆਂ, ਇਹ
ਗਾਹਾਂ ਲੈ ਲਓ ਇਹਦੇ ਵਿੱਚੋਂ ਕੁਛ ਇਥੋਂ ਬੰਨ ਲਓ ਤੇ ਬਣਨ ਤਾਈ ਪਾਸਨ ਤਾਈ ਪਰ ਜਾਂ ਤਾਂ ਪੈਸੇ ਕਮਾਉਂਦੇ ਹੈ ਜਾਂ ਮਨ ਨੂੰ ਹੋਰ ਭਲੇ ਭਲੇ ਬਣ ਜਾਂਦੇ ਟੈਲੀਫੋਨ ਹੈਲੋ ਹੈਲੋ ਕਿਹਾ ਕੋਈ ਜਵਾਬ ਨਹੀਂ ਆਉਂਦਾ ਖਰਾਬ ਹੋਈ ਹੈ ਕੀ ਕਰਦਾ ਹੈ ਤੋੜਦੇ ਟੈਲੀਫੋਨ ਦਾ ਸਾਡਾ ਕੁਨੈਕਸ਼ਨ ਟੁੱਟਿਆ ਹੋਇਆ ਹੈਰਾਨੀ ਦੀ ਗੱਲ ਹੈ ਜਨਤਾ ਦਾ ਕੀ ਦੋਸ਼ ਹੈ ਜਨਤਾ ਤਾਂ ਗਿਆਨੀ ਹੈ ਉਹਨਾਂ ਨੂੰ ਕੋਈ ਪਤਾ ਨੀ ਉਹਨਾਂ ਨੂੰ ਮਾਫ਼ੀ ਹੋ ਸਕਦੀ ਹੈ ਪਰ ਜਿਹੜੇ ਆਪ ਅੰਬਲ ਪਏ ਹੈ ਲੋਕਾਂ ਨੂੰ ਪਾ ਰਹੇ ਹੈ ਉਹਨਾਂ ਨੂੰ ਦੇਖੋ ਉਹਨਾਂ ਜਬਲ ਜੁਰਮ ਹੈ ਆਪ ਅੰਦਰ ਤੁਸੀਂ ਪਏ ਅਗਿਆਨਤਾ ਚ ਪਏ ਦੂਸਰਾ ਲੋਕਾਂ ਨੂੰ ਅਗਿਆਨਤਾ ਚ ਪਾਉਂਦੇ ਹੈ ਇਸ ਕਰਕੇ ਡਬਲ ਜੁਰਮ ਹੈ ਇਹਨਾਂ ਦਾ ਉਹ ਧਿਆਨ ਕਰੋ ਗਿਆਨੀਓ ਡਬਲ ਜੁਰਮ ਹੈ ਕੋਈ ਆਦਮੀ ਰਾਹ ਭੁੱਲ ਜਾਵੇ ਮੈਨੂੰ ਗੱਲ ਦੱਸੋ ਗੱਲ ਸੁਣਾਈ ਕਿਸੇ ਪਾਸ ਬੰਦਾ ਸੀਗਾ ਰਾਹ ਮੈਂ ਭੁੱਲ ਗਿਆ ਵੀ ਮੈਂ ਜਾਣਾ ਕਿਹੜਾ ਰਾਹ ਕਹਿੰਦੀ ਹੈ ਇੱਧਰ ਤੁਰੇ ਜਾਓ ਆਪੇ ਰਾਹ ਮਿਲ ਜਾਏਗਾ ਕੋਲ ਖੋਲੋ ਬਈ ਤੂੰ ਤੂੰ ਤਾਂ ਇੱਥੋਂ ਰਹਿਣ ਵਾ ਤੂੰ ਤਾਂ ਦੱਸ ਸਕਦਾ ਸੀ ਕਹਿੰਦੇ ਇਹਨੂੰ ਉਹ ਤਾਂ ਫਿਰ ਜਾਣਦਾ ਸੀ ਆਪ ਹੀ ਨੀ ਜਾਣਦੇ ਤਾਂ ਲੋਕਾਂ ਨੂੰ ਕਿੱਥੋਂ ਰਾਹ ਪਾ ਦੇ ਬਣੇ ਡਬਲ ਜੁਰਮ ਹੈ ਤੁਹਾਡੇ ਸਰ ਤੇ ਆਪ ਟੁੱਟੇ ਹੋਏ ਰੱਬ ਨਾਲ ਲੋਕਾਂ ਨੂੰ ਤੋੜ ਰਹੇ ਇਸ ਵਾਸਤੇ ਭਾਈ ਲੜ ਲੱਗੋ ਗੁਰਬਾਣੀ ਗੁਰਬਾਣੀ ਕੀ ਆਉਂਦੀ ਹੈ ਗੁਰਬਾਣੀ ਬਹੁਤ ਕੁਛ ਦੱਸਦੀ ਹੈ ਅਸੀਂ ਇੱਕ ਗੱਲ ਵੀ ਨੀ ਗੁਰਬਾਣੀ ਨੀ ਮੰਨਦੇ ਬਸ ਬੇਬੇ ਮੱਥਾ ਟੇਕਦੀ ਹੈ ਕਹਿਣ ਜੋਗੇ ਧੰਨ ਗੁਰੂ ਨਾਨਕ ਅੱਜ ਮੇਰੇ ਸਵੇਰੇ ਲੋਕ ਸੰਗਤਾਂ ਨੇ ਬਹੁਤ ਪੁੱਛ ਗਿੱਛ ਕਰਕੇ ਮੈਂ ਥਕਾ ਦਿੱਤਾ ਹੈ ਇਸ ਕਰਕੇ ਮੈਂ ਹੋਰ ਨਹੀਂ ਬੋਲ ਸਕਦਾ ਇਹ ਬਹੁਤ ਜ਼ਰੂਰੀ ਗੱਲ ਸੀ ਦੱਸਣ ਵਾਲੀ ਅੱਜ ਮੇਰਾ ਜੀ ਨਹੀਂ ਸੀ ਕਰਦਾ ਥੱਕਿਆ ਦਿਮਾਗ ਥੱਕਿਆ ਮੈਂ ਬੋਲ ਨਹੀਂ ਸਕਦਾ ਸੀ ਮੈਨੂੰ ਫਿਰ ਮੇਰੇ ਅੰਦਰ ਹੌਕਾ ਨਿਕਲਦਾ ਹੈ ਕਿ ਇਹੋ ਜਿਹੀ ਬਾਣੀ ਹੁੰਦੀ ਹੈ ਅਸੀਂ ਇਹ ਬਾਣੀ ਜੋ ਕੱਢਿਆ ਕੀ ਹੈ ਸਾਨੂੰ ਬਾਣੀ ਨਾਲ ਜਾਂ ਜੋੜਨ ਵਾਸਤੇ ਖੜ ਗਿਆ ਨੀ ਚਾਨੀ ਹੱਥ ਰਾਗੀ ਬੈਠੇ ਇਹਦਾ ਆਪ ਟੁੱਟੇ ਹੋਏ ਧੰਨ ਦੁਸਰਾ ਅੱਛਾ ਜੀ ਮਾਫ ਕਰਨਾ ਵਾਹਿਗੁਰੂ ਜੀ ਕਾ ਧੰਨ ਗੁਰੂ ਨਾਨਕ 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 ਧੰਨ ਗੁਰੂ ਨਾਨਕ